ਲੁਧਿਆਣਾ ਦੇ ਜੱਸੀਆਂ ਰੋਡ ਦੇ ਉੱਪਰ ਵੱਡਾ ਹਾਦਸਾ ਹੁੰਦੇ ਸਿਲੰਡਰ ਬਲਾਸਟ ਹੋਣ ਦੇ ਕਾਰਨ ਕਾਫੀ ਜ਼ਿਆਦਾ ਝੁੱਗੀਆਂ ਦੇ ਵਿੱਚ ਅੱਗ ਲੱਗ ਗਈ ਸੀ ਅਤੇ ਅੱਗ ਲੱਗਣ ਦੇ ਨਾਲ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਬੇਘਰ ਹੋ ਗਏ ਸੀ। ਤਾਂ ਹੁਣ ਇਹਨਾਂ ਲੋਕਾਂ ਦੇ ਘਰ ਬਣਾਉਣ ਦੇ ਵਿੱਚ ਮਦਦ ਕੀਤੀ ਜਾਏਗੀ। ਜਿਹੜੇ ਸੂਬਾ ਸੰਯੁਕਤ ਸਕੱਤਰ ਨੇ ਗੁਰਜੀਤ ਰੁਚੀ ਕੌਰ ਬਾਵਾ, ਉਹ ਮੌਕੇ ਦੇ ਉੱਪਰ ਪਹੁੰਚਦੇ ਨੇ। ਇਸ ਦੇ ਨਾਲ ਹੀ ਬਚਾਅ ਕਾਰਜ ਦੇ ਲਈ ਉਹਨਾਂ ਦੀ ਟੀਮ ਵੀ ਜਿਹੜੀ ਹੈ ਉੱਥੇ ਮੌਜੂਦ ਹੁੰਦੀ ਹੈ, ਜਿੱਥੇ ਕਿ ਪੀੜਤਾਂ ਨੂੰ ਜ਼ਰੂਰੀ ਸਮਾਨ ਜਿਹੜਾ ਮੁਹੱਈਆ ਕਰਵਾਇਆ ਜਾਂਦਾ। ਇਸ ਦੇ ਨਾਲ ਹੀ ਨਾਲ ਬਣੇ ਘਰਾਂ ਦੇ ਵਿੱਚ ਪੀੜਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾਂਦਾ ਅਤੇ ਹੁਣ ਦੁਬਾਰਾ ਤੋਂ ਉਹਨਾਂ ਲੋਕਾਂ ਦੇ ਲਈ ਝੁੱਗੀਆਂ ਬਣਾਉਣ ਦੇ ਲਈ ਟੀਮ ਦੇ ਵੱਲੋਂ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਸਾਰਾ ਖਰਚ ਜਿਹੜਾ ਉਹ ਸੂਬਾ ਸੰਯੁਕਤ ਸਕੱਤਰ ਗੁਰਜੀਤ ਰੁਚੀ ਕੌਰ ਬਾਵਾ ਦੇ ਵੱਲੋਂ ਕੀਤਾ ਜਾਏਗਾ, ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਠੰਡ ਦੇ ਮੌਸਮ ਦੇ ਵਿੱਚ ਲੋਕ ਇਸ ਦੇ ਨਾਲ ਹੀ ਉਹਨਾਂ ਦੇ ਬੱਚੇ ਕਾਫੀ ਜ਼ਿਆਦਾ ਖੱਜਲ ਖੁਆਰ ਹੋਣਗੇ, ਜਿਸ ਦੇ ਚੱਲਦਿਆਂ ਉਹਨਾਂ ਦੇ ਵੱਲੋਂ ਇਹ ਜ਼ਿੰਮੇਵਾਰੀ ਚੁੱਕੀ ਜਾ ਰਹੀ ਹੈ। ਇਸ ਦੇ ਨਾਲ ਹੀ ਆਸ ਅਹਿਸਾਸ NGO ਦੇ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਵਿੱਚ ਆਪਣਾ ਸਹਿਯੋਗ ਪਾਇਆ ਜਾ ਰਿਹਾ। ਦੁੱਖ ਦੀ ਘੜੀ ਦੇ ਵਿੱਚ ਜਿਹੜੇ ਗੁਰਜੀਤ ਰੁਚੀ ਕੌਰ ਬਾਵਾ ਨੇ ਉਹ ਇਹਨਾਂ ਲੋਕਾਂ ਦੇ ਲਈ ਮਦਦਗਾਰ ਬਣੇ ਨੇ।